ਸੋ ਤੁਸੀਂ ਵੇਖ ਰਹੇ ਜੇ ਅੱਜ ਰਾਤੋਂ ਬਾਰਿਸ਼ ਹੋ ਰਹੀ ਆ ਔਰ ਜੇ ਸਿੰਘ ਬਿਲਕੁਲੋਂ ਉੱਥੇ ਹੀ ਡਟੇ ਆ ਜਿੱਥੇ ਮੋਰਚਾ ਲੱਗਾ ਆ। ਪਹਿਲਾਂ ਤਾਂ ਪ੍ਰਸ਼ਾਸਨ ਇੱਥੇ ਟੈਂਟ ਕੋਈ ਚੀਜ਼ ਲਾਉਣ ਨਹੀਂ ਸੀ ਦਿੰਦਾ, ਹੁਣ ਬੜੀ ਮੁਸ਼ਕਲ ਮੁਸ਼ਕਤ ਦੇ ਨਾਲ ਤੁਸੀਂ ਵੇਖ ਰਹੇ ਜੇ ਕਿ ਸਿੰਘ ਭਾਈ ਬਲਬੀਰ ਸਿੰਘ ਮੁੱਛਲ ਔਰ ਬਾਬਾ ਸਤਨਾਮ ਸਿੰਘ ਜੀ ਵਲੀਆ ਉਹ ਇਸ ਵੇਲੇ ਖੜੇ ਨੇ। ਆਪਣੇ ਗੱਲਾਂ ਬਸ ਸੁਣ ਸਿੰਘ ਜੀ, ਕਿਸ ਤਰ੍ਹਾਂ ਲੱਗ ਰਿਹਾ ਬਾਰਿਸ਼ ਹੋ ਰਹੀ ਆ? ਹਾਂਜੀ ਵਾਹਿਗੁਰੂ ਜੀ, ਬਾਰਿਸ਼ ਹੋ ਰਹੀ ਆ ਤੇ ਅਸੀਂ ਆਪਣੇ ਮੋਰਚੇ ਤੇ ਬਿਲਕੁਲ ਹੀ ਕਾਇਮ ਆ, ਕਾਮਯਾਬ ਆ। ਪਾਣੀ ਤੋਂ ਡਰ ਨਹੀਂ ਆਉਂਦਾ? ਪਾਣੀ ਤੋਂ ਕੀ, ਇੱਥੇ ਪਾਣੀ ਦੀਆਂ ਵਿਛਾੜਾਂ ਵੀ ਅਸੀਂ ਚੰਡੀਗੜ੍ਹ ਝੱਲਵਾਏ ਤੇ ਫਿਰ ਕੋਈ ਨਹੀਂ ਬਾਹਰ 'ਚ ਆ। ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਦ ਸਭ ਸੁਖੀ ਵਸਾਇਆ। ਮੋਰਚਾ ਚੱਲਦਾ, ਡਟੇ ਰਹੋਗੇ ਇਸੇ ਤਰ੍ਹਾਂ? ਅਸੀਂ ਇਸੇ ਤਰ੍ਹਾਂ ਡਟੇ ਰਵਾਂਗੇ। ਠੀਕ ਹੈ ਜੀ। ਹਾਂਜੀ, ਜਿਸ ਤਰ੍ਹਾਂ ਮਰਜ਼ੀ ਭਾਵੇਂ ਬਾਰਿਸ਼ ਆਈ ਜਾਵੇ, ਜੋ ਮਰਜ਼ੀ ਹੋ ਜਾਵੇ। ਕੋਈ ਸਰਕਾਰ ਵੱਲੋਂ 30 ਨੂੰ ਸੁਨੇਹਾ ਆਇਆ ਆ ਗੱਲਬਾਤ? ਸਾਨੂੰ ਕੋਈ ਵੀ ਸੁਨੇਹਾ ਨਹੀਂ ਆਇਆ, ਕੋਈ ਸੁਨੇਹਾ ਨਹੀਂ ਜੀ। ਪ੍ਰਸ਼ਾਸਨ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ, ਸਭ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ। ਤੁਸੀਂ ਕਿਸ ਸਮਝਦੇ ਪ੍ਰਸ਼ਾਸਨ ਨੂੰ ਇੱਥੇ ਆਉਣਾ ਚਾਹੀਦਾ, ਹਰ ਚੀਜ਼ ਕੰਮ ਪੁੱਛਣਾ ਚਾਹੀਦਾ ਆ? ਹਾਂਜੀ ਬਿਲਕੁਲ, ਕਿਉਂਕਿ ਇੱਥੇ ਸਿਵਲ ਪ੍ਰਸ਼ਾਸਨ ਦਾ ਵੀ, ਦੂਜੇ ਪ੍ਰਸ਼ਾਸਨ ਦਾ ਵੀ, ਸਾਰਿਆਂ ਅਧਿਕਾਰੀਆਂ ਦਾ ਇੱਥੇ ਫਰਜ਼ ਬਣਦਾ ਸੀ ਜੀ ਇੱਥੇ ਆਣ ਕੇ, ਕਿਉਂਕਿ ਡੀਸੀ ਸਾਹਿਬਾਨ ਜਿਹੜਾ ਇੱਕ ਜ਼ਿਲ੍ਹੇ ਦਾ ਮਾਲਕ ਹੁੰਦਾ, ਉਹਦਾ ਫਰਜ਼ ਬਣਦਾ ਸੀ ਜੀ ਆਪਣੇ ਕੁਝ ਅਧਿਕਾਰੀ ਜਾਂ ਆਪ ਆਣ ਕੇ ਇੱਥੋਂ ਦੇ ਮਾਹੌਲ ਦਾ ਜਾਇਜ਼ਾ ਲੈਣਾ ਚਾਹੀਦਾ ਸੀ, ਉਹਨਾਂ ਨੂੰ ਮਾਹੌਲ ਦਾ ਜਾਇਜ਼ਾ ਲੈਣਾ ਚਾਹੀਦਾ ਸੀ। ਹਾਂਜੀ, ਸੋ ਤੁਸੀਂ ਵੇਖਿਆ ਬਾਬਾ ਸਤਨਾਮ ਸਿੰਘ ਜੀ ਵਲੀਆ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਔਰ ਉਹਨਾਂ ਦੇ ਨਾਲ ਭਾਈ ਬਲਬੀਰ ਸਿੰਘ ਜੀ ਮੁੱਛਲ ਜੋ ਇਸ ਵੇਲੇ ਬਹੁਤ ਸਮਾਰਟ ਟੈਂਟ ਦੇ ਥੱਲੇ ਬੈਠੇ ਨੇ। ਬਾਰਿਸ਼ ਬਹੁਤ ਜਲਦੀ, ਮੈਂ ਤੁਹਾਨੂੰ ਬਾਰਿਸ਼ ਦਾ ਥੋੜ੍ਹਾ ਨਜ਼ਾਰਾ ਵਿਖਾਉਣਾ ਜਿੱਥੇ, ਆਹ ਵੇਖੋ ਬਾਰਿਸ਼ ਤੁਸੀਂ ਕਿੰਨੇ ਜ਼ੋਰਾਂ ਨਾਲ ਚੱਲ ਰਹੀ ਆ ਇਹ, ਔਰ ਪਾਣੀ ਪਿੱਛੋਂ ਦੀ ਨਦੀ ਵਾਂਗੂ ਬਹਿ ਰਿਹਾ। ਨਾਲ ਨਾਲ ਇੱਕ ਸਿੰਘ ਲੱਗੇ ਨੇ ਔਰ ਉਹ ਸਿੰਘ ਵੇਖੋ ਤੁਸੀਂ ਨਾਲ ਨਾਲ ਹੀ ਇਹ, ਆਹ ਵੇਖੋ ਪਾਣੀ ਬਲੋਕ ਕਿੰਨਾ ਕੁ ਹੈਗਾ ਆ ਤੁਸੀਂ ਆਹ ਪਾਣੀ ਦਾ ਸਿਸਟਮ ਵੇਖੋ, ਆਹ ਪਾਣੀ ਸਾਰਾ ਬਲੋਕ ਆ ਔਰ ਬਿਲਕੁਲ ਟੈਂਟ ਦੇ ਵਿੱਚ ਪਾਣੀ ਵੀ ਬਹੁਤ ਜ਼ਿਆਦਾ ਵੱਧ ਆ। ਆਹ ਮੀਂਹ ਤੁਸੀਂ ਵੇਖ ਰਹੇ ਜੇ, ਸਿੰਘ ਨਾਲ ਨਾਲ ਪਾਣੀ ਬਾਹਰ ਕੱਢ ਰਿਹਾ ਜੀ। ਆਹ ਵੇਖੀ ਜਾਓ ਵੀਰੇ, ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ, ਲੋੜ ਤੋਂ ਵੱਧ ਬਾਰਿਸ਼ ਜਿਹੜੀ ਹੈ ਬਹੁਤ ਤੇਜ਼ ਹੋ ਗਈ ਔਰ ਮੌਸਮ ਨੇ ਜੋ ਵੈਦਰ ਨੇ ਦੱਸਿਆ ਆ ਉਹਨਾਂ ਕਿਹਾ ਹੈ ਕਿ ਇਹ ਬਾਰਿਸ਼ ਸਾਰਾ ਦਿਨ ਹੀ ਚੱਲਦੀ ਰਹੂਗੀ ਔਰ ਇਸੇ ਤਰ੍ਹਾਂ ਹੀ। ਪਰ ਸਿੰਘਾਂ ਦੇ ਮਨਾਂ 'ਤੇ ਇਸ ਬਾਰਿਸ਼ ਦਾ ਕੋਈ ਅਸਰ ਨਹੀਂ ਆ ਔਰ ਉਹ ਆਪਣੇ ਨਿਡਰ ਇਰਾਦੇ ਨਾਲ ਡਟੇ ਹੋਏ ਆ ਔਰ ਉਹਨਾਂ ਨੇ ਜੋ ਪ੍ਰਸ਼ਾਸਨ ਨੂੰ ਕਿਹਾ ਕਿ 30 ਤਰੀਕ ਤੱਕ ਉਹਨਾਂ ਵੱਲ ਵੇਖਣਗੇ ਔਰ ਪਰ ਕੇ ਜੋ ਸਾਡਾ ਮੋਰਚਾ ਹੈ ਇਸ ਤਰ੍ਹਾਂ ਬਰਕਰਾਰ ਰਹੂਗਾ। ਪਰ ਪ੍ਰਸ਼ਾਸਨ ਵੱਲੋਂ ਇੰਝ ਲੱਗਦਾ ਹੈ ਕਿ ਹੁਣ ਵਧੀਆ ਰਿਜ਼ਲਟ ਆਉਣ ਦੀ ਕੋਈ ਆਸ ਹੈਗੀ ਆ ਕਿ 30 ਤਰੀਕ ਨੂੰ ਕੋਈ ਵਧੀਆ ਰਿਜ਼ਲਟ ਨਿਕਲਣ ਵਾਲਾ ਆ। ਆਵਾਜ਼ੇ ਕੌਮ ਟੀਵੀ ਮੋਰਚਾ ਅੰਮ੍ਰਿਤਸਰ। ਅੱਛਾ ਇੱਕ ਹੋਰ ਕੰਮ ਹੋ ਸਕਦਾ ਜੇ ਅਸੀਂ ਆਪਣੇ ਪਿੰਡਾਂ 'ਚੋਂ ਸੈਰ ਕਰਾ ਕੇ ਇੱਥੇ ਫੜਾ ਦਈਏ ਕੰਮ? ਬਹੁਤ ਸੋਹਣੀ ਗੱਲ, ਔਰ ਨੰਬਰ ਨਾਲ ਜਿਹਦੇ ਸਾਡੇ ਇਲਾਕੇ 'ਚ ਜਿੰਨੀਆਂ ਫੌਜਾਂ ਆਉਣਗੀਆਂ ਸਾਰੀਆਂ ਦੇ ਸੈਨ ਕਰਵਾ ਕੇ ਪਿੰਡਾਂ ਦੇ ਵਿੱਚ ਅਸੀਂ ਦੇ ਜਾਂਦੇ ਹਾਂ, ਉਹਨਾਂ ਦੇ ਨੰਬਰ ਵੀ ਨਾਲ ਲਿਖਦੇ, ਨੰਬਰ ਨਾਲ ਮਿਲਣਗੇ, ਸਲਪ ਨਾਲ। ਠੀਕ ਠੀਕ, ਬਹੁਤ ਸੋਹਣੀ ਗੱਲ ਹੈ। ਮੁੱਲਾਪੁਰ ਸ਼ਹਿਰ